ਦੋਸਤੋ ਲਿਵਰ ਡੀਟੌਕਸ ਲਿਵਰ ਆਪਣਾ ਸਭ ਤੋਂ ਇੰਪੋਰਟੈਂਟ ਆਰਗਨ ਆ ਰੇ ਦੇ ਬਾਰੇ ਆਮੀ YouTube ਤੇ ਗਿਆਨ ਭਰਿਆ ਪਿਆ ਵੀ ਇਦਾਂ ਨੂੰ ਡੀਟੌਕਸ ਕਰੋ ਬਹੁਤ ਗਲਤ ਗਾਈਡ ਕੀਤਾ ਜਾ ਰਿਹਾ ਸੋ ਮੈਂ ਲਿਵਰ ਡੀਟੌਕਸ ਹੁੰਦਾ ਕੀ ਆ ਕੀ ਲੋੜ ਆ ਜਮੈਂ ਤੁਹਾਨੂੰ ਜਿੰਨੇ ਕ ਆਪਣੇ ਕੋਲ ਸੈਕਿੰਡਸ ਆ ਦੱਸਦਾ ਸਭ ਤੋਂ ਪਹਿਲਾਂ ਤਾਂ ਲਿਵਰ ਦੇ ਫੰਕਸ਼ਨ ਸੁਣੋ ਸਾਰੇ ਜਿੰਨੇ ਵੀ ਤੱਤ ਨੇ ਕਾਰਬਸ ਪ੍ਰੋਟੀਨਸ ਵਿਟਾਮਿਨ ਮਿਨਰਲ ਮੈਟਾਬੋਲਾਈਜ਼ ਮਤਲਬ ਲੱਗਣਾ ਲਿਵਰ ਨਾਲ ਆ ਨੰਬਰ 2 ਸਾਰੇ ਟੌਕਸਿਨਸ ਇਹਨੇ ਹੀ ਰਿਮੂਵ ਕਰਨੇ ਆ ਯਵੇਂ ਮੈਂ ਵੀਡੀਓ ਵਿੱਚ ਦੱਸਦਾ ਜੇ ਕੋਈ ਸ਼ਰਾਬ ਆ, ਆਫੀਮ ਆ, ਕੁਝ ਵੀ ਆ ਟੌਕਸਿਨਾਂ, ਜ਼ਹਿਰੀਲਾ ਪਦਾਰਥ ਉਹਨੇ ਸਰੀਰ ਚੋਂ ਕੱਢਣਾ ਲਿਵਰ ਨੇ। ਉਸ ਤੋਂ ਬਿਨਾ ਇਹ ਸਟੋਰ ਹਾਊਸ ਆ। ਬਹੁਤ ਸਾਰੇ ਜੋ ਆਪਣੇ ਵਿਟਾਮਿਨਸ ਔਰ ਮਿਨਰਲਸ ਆ ਜੋ ਜੋੜਨੇ ਆ ਜਿਹਨੂੰ ਤਜੋਰੀ ਕਹਿ ਦਿੰਦੇ ਆ ਲਿਵਰ ਚ ਹੁੰਦੀ। ਤਾਂ ਹੀ ਮੀਟ ਖਾਣ ਵਾਲੇ ਕਹਿ ਦਿੰਦੇ ਆ ਕਲੇਜੀ ਖਾਓ ਕਿਉਂਕਿ ਉਹ ਲਿਵਰ ਆ ਉਹਦੇ ਚ ਸਾਰਾ ਕੁਝ ਸਟੋਰਡ ਆ। ਕਿ ਆਪਣੀ ਲਿਵਰ ਡਿਜ਼ੀਜ਼ ਲੱਗੀ, ਇਨਫਲੇਮੇਸ਼ਨ ਹੋ ਗਈ, ਉਹਦੇ ਲਈ ਸਭ ਤੋਂ ਪਹਿਲਾ ਕੰਮ ਤੇ ਆ ਵੀ ਤੂੰ ਖਾਣਾ ਬੰਦ ਨਹੀਂ ਕਰਨਾ। ਲਿਵਰ ਡਿਜ਼ੀਜ਼ ਤੇ ਮਾਲ ਨਿਊਟ੍ਰੀਸ਼ਨ ਮੀਨਸ ਤੱਤਾਂ ਦੀ ਘਾਟ ਇਹ ਦੋਨੇ ਰਲ ਗਏ ਤਾਂ ਬਹੁਤ ਔਖਾ ਹੁੰਦਾ ਇਹਦੇ ਨਾਲ ਹੀ ਜਿਵੇਂ ਆਪਾਂ ਸੁਣਦੇ ਜਿਹੜਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਰਹਿੰਦਾ ਦਿਨ ਰਾਤ ਮੌਤ ਹੁੰਦੀ ਉਹ ਮਾਲ ਨਿਊਟ੍ਰੀਸ਼ਨ ਤੱਤਾਂ ਦੀ ਕਮੀ ਵਿੱਚ ਆਉਂਦੀ ਸੋ ਅੱਜ ਮੈਂ ਤੁਹਾਨੂੰ ਫੂਡ ਦੱਸਦਾ ਜੇ ਲਿਵਰ ਦੀ ਡਿਜ਼ੀਜ਼ ਲੱਗ ਗਈ ਹੈ ਤਾਂ ਕਿਹੜੇ ਅਵਾਇਡ ਕਰਨੇ ਹਨ ਔਰ ਕਿਹੜੇ ਜ਼ਰੂਰ ਖਾਣੇ ਜੋ ਮਦਦ ਕਰਦੇ ਬੰਦ ਕਰੋ ਜੀ ਦਾਲਾਂ ਮੀਟ ਅੰਡਾ ਮੱਖਣ ਫਰਾਈ ਫੂਡਸ ਸਾਰੇ ਡਰਾਈ ਫਰੂਟਸ दारू ਤੇ ਐਕਸੈਸਟੀ ਔਰ ਜੋ ਜ਼ਰੂਰ ਹੀ ਲੈਣੇ ਆ ਜੋ ਮਦਦ ਕਰਦੇ ਨੇ ਕਰੂਸੀਫੀਰੀਅਸ ਹਰੀ ਵਿਟਾਮਿਨ ਸੀ ਵਾਲੇ ਫਰੂਟਸ ਫਿਸ਼ omega 3 ਡੀਟੌक्स ਕਰਨ ਦੇ ਲਈ ਖਾਣਾ ਛੱਡ ਕੇ ਪੁੱਠੀਆਂ ਸਿੱਧੀਆਂ ਡਰਿੰਕਾਂ ਸਮੂਧੀਆਂ ਦੇਵੇ ਜਾਂ ਫਾਸਟਿੰਗ ਲਈ ਕਵੇ ਪ੍ਰਹੇਜ ਰੱਖੋ